तो सवेर दे 4:30 हो गया ते मैं सवेरे 3:30 उठाया सी। उठ के मैं फ्रैश होया ते कपड़े वगैरह पा लाए आ, बाकी समान मेरा रेडी है ते आपां बाइक ते लोड करना। जतिंदर नूं भी मैं कॉल करती है ते वो भी आउण लगा आ, ते आपां बाइक ते समान जो लोड कर लिया फिर मिलते हैं। मैं तुरन लगे मिलेंगे 6 बजे आपां तो तुरंगे। ते बाकी ले शरीर उदा ही है, बॉडी ठीक नहीं हुई है कि बुखार लगता है, ते कोई गल नहीं आपां मेडिसिन खा के तुरंगे। चलो दोस्तों मिलते हैं हुण बाइक ते, बाय रेडी सी बाय। ते बॉबी आया सी पावर बैंक देन ब्रश करके करता सी उन्हें हो पावर बैंक देन आया सी, क्योंकि उत्थे आपां सानूं पता हरेक वारी जदों आपां ट्रैकिंग ते जांदे आपां नूं पावर बैंक दी ही लोड हुंदी आ। उत्थे सानूं पता भी वो कुछ नहीं दिंदे हैगे, ते हुण आपां पावर बैंक उन्हें आपां नूं देती आ, ते एक पावर बैंक आपां कोल हैगी आ, दो पावर बैंक हो गई आ। ਵਿੱਚ ਲਾਈਟ ਜਗਦੀ ਸੀਗੀ, ਇੱਕ ਆਪਣੀ ਸੈਲਸੀਅਸ ਸਟਿੱਕ ਹੈਗੀ, ਉਹਦਾ ਤਾਂ ਕੋਈ ਲਾਈਟ ਦਾ ਕੋਈ ਕੰਮ ਨਹੀਂ ਆਉਂਦੀ, ਫਿਰ ਵੀ ਬਚ ਗਿਆ। ਚਲੋ ਜੀ ਲਾਈਟ ਬੰਦ ਹੋ ਗਈ, ਨੁਕਸਾਨ ਬਚਾ ਲਿਆ। ਚਲੋ ਵੀ ਚੰਗਾ ਬੋਬੀ, ਫਿਰ ਆਪਾਂ ਮਿਲਦੇ ਹਾਂ। ਓਕੇ ਓਕੇ ਬਾਏ ਬਾਏ, ਅਗਲੀ ਰਾਈਡ ਦੇ ਨਾਲ ਜਾਊਗਾ ਆਪਣੇ। 6:15 ਹੋ ਗਏ ਦੋਸਤੋ, 15 ਮਿੰਟ ਲੇਟ ਹੋ ਗਏ ਹਾਂ, ਅਤੇ ਆਪਾਂ ਟ੍ਰਿਪ ਇੱਥੋਂ ਜੀਰੋ ਕਰਤਾ ਆ। ਦੇਖਦੇ ਹਾਂ ਟੋਟਲ ਕਿੰਨੇ ਕਿਲੋਮੀਟਰ ਚੱਲੂਗਾ ਆਪਣਾ ਟ੍ਰਿਪ ਇਹ ਪੂਰਾ। ਸਾਢੇ 7 ਹੋ ਗਏ ਆ, ਅਤੇ ਆਪਾਂ ਹੁਣ ਚੰਡੀਗੜ੍ਹ ਵੱਲ ਦੀ ਚੱਲੇ ਹਾਂ। ਰਸਤੇ 'ਚ ਰੁਕੇ ਸੀ ਆਪਾਂ, ਪਹਿਲੀ ਚੜ੍ਹਾਈ ਸੀ ਅਤੇ ਵਿਊ ਪਿੱਛੇ ਤੁਸੀਂ ਦੇਖ ਹੀ ਲਿਆ, ਬਹੁਤ ਵਧੀਆ ਆ। ਬਾਕੀ ਆਪਾਂ ਜਤਿੰਦਰ ਨੂੰ ਪੁੱਛਦੇ ਹਾਂ। ਹਾਂਜੀ ਜਤਿੰਦਰ, ਕਿੱਦਾਂ ਵਧੀਆ ਲੱਗਾ ਨਜ਼ਾਰਾ? ਦੇਖੋ ਤੁਸੀਂ ਨਜ਼ਾਰਾ ਤੁਹਾਨੂੰ ਦਿਖਾਈ ਦਿੱਤਾ, ਉਹਦਾ ਦੇਖ ਲਿਓ ਇੱਕ ਵਾਰੀ ਹੋਰ। ਅਤੇ ਆਪਾਂ ਇੱਥੇ ਰੈਸਟ ਨਹੀਂ ਕਰਨੀ, ਆਪਾਂ ਨਿਕਲ ਜਾਣਾ ਜਲਦੀ, ਅਤੇ ਹੁਣ ਆਪਾਂ ਨਿਕਲੀਏ। ਇਸ ਤੋਂ ਪਹਿਲਾਂ ਕੋਈ ਸਾਨੂੰ ਗੱਡੀ ਥੱਲੇ ਦੇ ਦੇਵੇ, ਇਸ ਤੋਂ ਪਹਿਲਾਂ ਸਾਨੂੰ ਕੋਈ ਗੱਡੀ ਥੱਲੇ ਦੇ ਦੇਵੇ ਅਸੀਂ ਨਿਕਲੀਏ। ਬਹੁਤ ਵਧੀਆ ਮੌਸਮ, ਰੰਗੀਨ ਲਓ ਜੀ, ਪਹਾੜੀਆਂ ਦੀ ਐਂਟਰੀ ਹੋ ਗਈ ਆ, ਅਤੇ ਆਪਾਂ ਥੋੜ੍ਹੇ ਜਿਹੇ ਵਿੱਚੋਂ ਸ਼ੋਟ ਲੈ ਲਏ ਸੀ, ਅਤੇ ਵਿਊ ਤਾਂ ਤੁਸੀਂ ਦੇਖ ਸਕਦੇ ਆ ਇੱਕ ਨੰਬਰ ਆ। ਆਪਾਂ ਜਦ ਹੀ ਵੀਡੀਓ ਨਹੀਂ ਬਾਈਕ 'ਤੇ ਬਣਾਉਣੀ, ਅਤੇ ਰਸਤੇ ਜਿੱਥੇ ਰੁਕਾਂਗੇ ਅਤੇ ਵੀਡੀਓ ਬਣਾਈ ਜਾਵਾਂਗੇ। ਆਪਾਂ ਨੂੰ ਮਿਲ ਗਿਆ ਪੈਟਰੋਲ ਪੰਪ, ਫੁੱਲ ਕਰ ਦਿਓ ਭਾਈ। ਭਾਰਤ ਵਾਲਿਆਂ ਦਾ ਪੈਟਰੋਲ ਆਪਾਂ ਨੂੰ ਸਸਤਾ ਪਿਆ, 98 ਰੁਪਏ ਪਿਆ ਆਪਾਂ ਨੂੰ ਸਪੀਡ ਵਾਲਾ, ਨਹੀਂ ਤਾਂ ਆਪਾਂ ਨੂੰ ਜਿਹੜੇ ਨੋਰਮਲ ਆ ਉਹ ਪੈਂਦਾ ਆ, ਨੋਰਮਲ ਸੋਰੀ ਕਹਿ ਤਾ ਜੇ ਆਪਣਾ ਲਾ ਲਈਏ ਕਿ ਇੰਡੀਅਨ ਵਾਲਿਆਂ ਦਾ, HP ਵਾਲਿਆਂ ਦਾ 106 ਰੁਪਏ ਲੀਟਰ ਪੈਂਦਾ ਆਪਾਂ ਨੂੰ ਪਾਵਰ, ਇਹ ਆਪਾਂ ਨੂੰ ਬਹੁਤ ਘੱਟ ਪਿਆ, ਇਹ 98 ਰੁਪਏ। ਚਲੋ ਸਪੀਡ ਤੇਲ ਮਿਲ ਗਿਆ, ਬਾਕੀ ਕੋਈ ਚੱਕਰ ਨਹੀਂ, ਦੇਖਦੇ ਕਿੰਨੀ ਗੱਲ ਕੱਢਦਾ। ਲਓ ਜੀ ਸੁੰਦਰ ਨਗਰ ਪਹੁੰਚ ਗਿਆ, ਮੰਡੀ ਰਹਿ ਗਿਆ ਇੱਥੋਂ 25 ਕਿਲੋਮੀਟਰ। ਮੰਡੀ ਨੂੰ ਰਸਤਾ ਕਿਹੜਾ ਜਾਊਗਾ ਹੁਣ, ਮੇਰੇ ਖਿਆਲ ਆਹੀ ਜਾਊਗਾ ਚੰਡੀਗੜ੍ਹ ਇੱਧਰ, ਸ਼ਿਮਲਾ ਸਿੱਧੇ, ਮੰਡੀ ਸਿੱਧੇ ਹੀ ਆ। ਹੁਣ ਆਪਾਂ ਇੱਥੇ ਰੁਕ ਕੇ ਕਿਤੇ ਪੇਟ ਪੂਜਾ ਕਰੀਏ, ਪੇਟ ਕਾਇਮ ਰਹੂਗਾ ਆਪਾਂ ਵੀ ਕਾਇਮ ਹੀ ਆ ਫਿਰ। ਢਾਬੇ 'ਤੇ ਰੁਕੇ ਸੀ ਜੋ ਲਾਸਟ ਟਾਈਮ ਵੀ ਆਪਾਂ ਆਏ ਸੀ ਦੋਸਤੋ, ਇੱਥੇ ਰੁਕੇ ਸੀਗੇ ਜੋ ਐਨਜੇ ਨਾਲ ਸੀ, ਹਾਂ ਪਹਿਲਾਂ ਵੀ ਇੱਥੇ ਰੁਕੇ ਸੀ ਅਸੀਂ, ਆਏ ਸੀਗੇ ਇੱਧਰ ਦੀ ਧਿਆਨ ਨਾਲ ਚੱਕੇ ਲਾਉਣ ਵਾਲਾ ਕੰਮ। ਧੁੱਪ ਦੇਖੋ ਕਿੰਨੀ ਸੋਹਣੀ ਨਿਕਲੀ ਹੈ, ਅਤੇ ਇਹ ਵਿਊ ਆਪਣਾ ਸਾਹਮਣੇ। ਜਤਿੰਦਰ ਕਿੱਦਾਂ ਰਿਹਾ? ਵਧੀਆ ਰਿਹਾ ਇਹਨੂੰ ਮਸਤੀ ਪੂਰੀ, ਪਰ ਰੋਡ ਨੇ ਕੰਮ ਖਰਾਬ ਕੀਤਾ ਨਾ ਰਸਤੇ 'ਚ ਆਪਣਾ, ਜਿਹੜਾ ਪਿੱਛੇ ਰੋਡ ਜਾ ਰਿਹਾ ਸੀ, ਜਿੱਦਾਂ ਆਪਣੇ ਪਿੰਡਾਂ ਨੂੰ ਖੂਹਾਂ ਨੂੰ ਜਾਂਦੇ ਆ ਮੀਂਹ ਕਣੀ ਪੈ ਕੇ, ਇਹਨੂੰ ਮਤਲਬ ਕਿ ਪ੍ਰੈਸ ਕਰਕੇ ਮਤਲਬ ਘਾਚਾ ਮਾਜਾ ਜਿਹਾ ਹੋ ਕੇ ਪੱਕ ਜਾਂਦਾ, ਉੱਦਾਂ ਐਂ ਖਿੱਬੜ ਦਿੱਬੜ ਜਿਹਾ ਸੀਗਾ। ਚਲੋ ਜੀ ਠਾਕੁਰ ਪੂਜਾ ਨਾਲ ਲਿਆ। ਚਲੋ ਦੋਸਤੋ ਹੁਣ ਕੁਛ ਨਾ ਕੁਛ ਆਪਾਂ ਇੱਥੇ ਪੀਏ ਨਾਲ ਪਰੌਂਠੇ ਖਾਂਦੇ ਹਾਂ, ਚਾਹ ਨਾਲ ਲਏ ਆ ਪਰੌਂਠੇ, ਜਤਿੰਦਰ ਖਾ ਰਿਹਾ, ਬਾਈਕ ਆਪਣੀ ਆ ਖੜੀ ਆ,
ਅਤੇ ਨਾਲ ਨਾਲ ਮੌਸਮ ਦੇ ਨਜ਼ਾਰੇ। ਧੁੱਪੇ ਬੈਠਾ ਦੇਖੋ, ਸਿਹਤ ਇੰਨੀ ਕੁ ਖਰਾਬ ਹੋਈ ਆ, ਧੁੱਪੇ ਬੈਠਾ ਆ ਅਤੇ ਜੈਕਟ ਵੀ ਪਾਈ ਆ ਥੱਲੇ, ਉਹਦੇ ਮੈਂ ਹੋਰ ਪਾਈ ਸਵੈਟ ਸ਼ਰਟ ਪਾਈ ਆ ਅਤੇ ਜੈਕਟ ਵੀ ਪਾਈ ਆ ਫਲੱਫੀ। ਧੁੱਪ ਵੀ ਬਹੁਤ ਆ ਪਰ ਫਿਰ ਮੈਨੂੰ ਆਨੰਦ ਆ ਰਿਹਾ ਆ। ਚਲੋ ਹੁਣ ਖਾ ਲਈਏ, ਥੋੜ੍ਹਾ ਜਿਹਾ ਭੁੱਖ ਬਹੁਤ ਲੱਗ ਗਈ। ਮੇਰੀ ਵਿਚਾਰੀ ਭੈਣ ਨੇ ਸਵੇਰੇ ਸਵੇਰੇ ਬਣਾਏ ਸੀ ਪਰੌਂਠੇ, 20-25 ਪਰੌਂਠੇ ਬਣਾ ਕੇ ਲਿਆਏ ਅਸੀਂ, ਖਾ ਹੋਣੇ ਕਿ ਨਹੀਂ ਹੋਣੇ ਆਪਾਂ ਤੋਂ, ਹੈ ਨਾ। ਸਵੇਰੇ ਵੀ ਖਾਏ ਹੁਣ ਫਿਰ ਆ, ਅਤੇ ਚਲੋ ਖਾ ਲਈਏ ਹੁਣ। ਪਰੌਂਠੇ ਖਾ ਲਏ ਸੀ ਅਤੇ ਹੁਣ ਆਪਾਂ ਤਿਆਰੀ ਕਰਨ ਲੱਗੇ ਸੀ ਇੱਥੋਂ ਜਾਣ ਦੀ, ਮਤਲਬ ਕਿ 10 ਮਿੰਟ ਰੁੱਕ ਕੇ ਮੇਰੇ ਘਰ ਰੈਸਟ ਕਰ ਲਈਏ। ਜਤਿੰਦਰ ਇੱਧਰ ਵੀਡੀਓ ਦੇਖ ਰਿਹਾ ਸੀ, ਸਨੈਪਚੈਟ ਬਣਾਈ ਸੀ ਉਹਨੇ, ਆਪਾਂ ਨਿਕਲਦੇ ਹਾਂ ਦੋਸਤੋ। ਇੰਨਾ ਟ੍ਰੈਫਿਕ ਆ, ਅਸੀਂ ਦੂਸਰੀ ਸਾਈਡ ਤੋਂ ਨਿਕਲ ਰਹੇ ਹਾਂ ਜਿੱਧਰ ਆਉਂਦੇ ਪਏ ਆ। ਬਹੁਤ ਜ਼ਿਆਦਾ ਟ੍ਰੈਫਿਕ ਆ, ਸ਼ੁਕਰ ਆ ਟ੍ਰੈਫਿਕ ਇੰਨਾ ਆ ਦੱਸ ਨਹੀਂ ਸਕਦਾ। ਪਿੱਛੇ ਤਾਂ ਚੱਲ ਨਿਕਲੇ ਇੱਥੇ, ਕਿਉਂਕਿ ਹੁਣ ਅੱਗਿਓਂ ਵੀ ਆਈ ਜਾਂਦੇ ਆ, 1-way ਰੋਡ ਹੀ ਆ ਨਾ, ਅਤੇ ਇੱਧਰੋਂ ਜਾਈ ਵੀ ਜਾਂਦੇ ਆ। ਲੈਣ ਬਹੁਤ ਤਕੜੀ ਲੱਗੀ ਆ, ਪਿੱਛੇ ਤਾਂ ਚੱਲ ਇੱਧਰ ਦੀ ਅਸੀਂ ਕ੍ਰੋਸ ਹੋ ਕੇ ਨਿਕਲ ਗਏ ਸੀਗੇ, ਕਿਉਂਕਿ ਇੱਧਰ ਕੋਈ ਉਦੋਂ ਆਉਂਦਾ ਨਹੀਂ ਸੀਗਾ। ਹੁਣ ਵਾਈਜ਼ਰ ਥੋੜ੍ਹਾ ਮੈਂ ਬੰਦ ਕੀਤਾ, ਆਵਾਜ਼ ਸ਼ਾਇਦ ਵਧੀਆ ਆਉਂਦੀ ਹੋਵੇ। ਉਹ ਦੇਖੋ ਟ੍ਰੈਫਿਕ ਬਹੁਤ ਜ਼ਿਆਦਾ ਆ ਇੱਥੇ, ਮੇਰੇ ਹਿਸਾਬ ਨਾਲ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਸਾਨੂੰ। ਆਹ ਦੇਖੋ ਇੱਧਰਲੀ ਸਾਈਡ 'ਤੇ ਮੈਂ ਟਰਨ ਕਰ ਰਿਹਾ, ਕਿਉਂਕਿ ਮੇਰੇ ਕੋਲ ਗੱਡੀ ਨਹੀਂ ਆਉਂਦੀ। ਜਦੋਂ ਮੇਰੇ ਬੱਸ ਆ ਗਈ ਆ ਅਤੇ ਫਿਰ ਮੈਂ ਇੱਧਰ ਸਾਈਡ ਨੂੰ ਹੋ ਜਾਣਾ ਆ। ਬਹੁਤ ਜ਼ਿਆਦਾ ਟ੍ਰੈਫਿਕ ਆ, ਬਹੁਤ ਜ਼ਿਆਦਾ। ਸਾਨੂੰ ਇਹ ਕਮ ਸੇ ਕਮ ਇੱਧਰ ਲੱਗਿਆ ਨੂੰ ਹੋ ਗਏ 35-40 ਮਿੰਟ, ਹੌਲੀ 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 ਹੌਲੀ, 1 ਕਿਲੋਮੀਟਰ ਨਹੀਂ ਮਿਲਦਾ। ਥੋੜ੍ਹਾ ਚੈਨ ਆਇਆ, ਬਹੁਤ ਟ੍ਰੈਫਿਕ ਸੀ। ਕੋਈ ਮੇਲਾ ਸੀ ਮੰਡੀ ਕੋਲ, ਮਤਲਬ ਮੰਡੀ ਜਿਹੜਾ ਬੱਸ ਸਟੋਪ ਆ ਉੱਥੇ ਕੋਈ ਮੇਲਾ ਸੀ, ਉਹਦੇ ਕਰਕੇ ਟ੍ਰੈਫਿਕ ਜ਼ਿਆਦਾ ਹੋਇਆ ਸੀ। ਟ੍ਰੈਫਿਕ ਵੀ ਇੰਨਾ ਸੀ ਕਿ ਗੱਲ ਹੀ ਛੱਡ ਦਿਓ ਤੁਸੀਂ। ਇੱਕ ਤਾਂ ਬਾਕੀ ਜਿਹੜੇ ਲੋਕ ਉੱਥੇ ਦੇ ਲੋਕਲ ਸੀ ਨਾ, ਉਹ ਪੈਦਲ ਸੀ ਸਾਰੇ, ਅਤੇ ਬਾਕੀ ਗੱਡੀਆਂ ਟਰੱਕ ਉਹਦਾ ਫਸੇ ਹੋਏ ਸੀ। ਚਲੋ ਇੱਥੇ ਦੀ ਜਿਹੜੀ ਆਪਣੀ ਪੁਲਿਸ ਆ, ਹੁਣ ਵਿਚਾਰਿਆਂ ਨੂੰ ਜਲਦੀ ਜਲਦੀ ਬਾਹਰ ਕੱਢੇ ਸਾਰੇ। ਲਾਸਟ ਟਾਈਮ ਇੱਥੇ ਕੰਮ ਚੱਲਦਾ, ਹੁਣ ਵੀ ਇੱਥੇ ਕੰਮ ਚੱਲਦਾ। ਮਿੱਟੀ ਘੱਟਾ ਇੰਨਾ ਕੁ ਦੋਸਤੋ ਨਾ, ਬਸ ਸਿਰਾ ਹੀ ਹੋਇਆ ਪਿਆ ਆ। ਚਲੋ ਦੇਖਦੇ ਹਾਂ ਬਾਕੀ ਹੁਣ ਕਿੰਨਾ ਕੁ ਟਾਈਮ ਲੱਗਦਾ, ਉਹ ਕਿਤੇ ਥੋੜ੍ਹਾ ਹੌਲੀ ਹੀ ਚਲਾਉਂਦੇ, ਪਰ ਇੱਦਾਂ ਵੀ ਟ੍ਰੈਫਿਕ ਨਾਲੋਂ ਠੀਕ ਆ। ਇੱਥੇ ਲੈਂਡ ਸਲਾਈਡ ਜਾਂ ਥੋੜ੍ਹਾ ਜਿਹਾ ਕਹਿੰਦੇ ਪੱਥਰ ਪੁੱਥਰ ਡੈਗ ਦੇ ਉੱਪਰੋਂ, ਅਤੇ ਉਸ ਹਿਸਾਬ ਨਾਲ ਹੌਲੀ ਹੀ ਚੱਲਾਂਗੇ। ਅਤੇ ਆਹ ਜਿਹੜਾ ਆਉਣ ਵਾਲੀ ਵੀਡੀਓ ਜ਼ਿਆਦਾ ਆਪਣੀ ਬਾਈਕ 'ਤੇ ਹੀ ਆ, ਕਿਉਂਕਿ ਆਪਾਂ ਰਸਤੇ 'ਚ ਬਹੁਤ ਘੱਟ ਰੁਕੇ ਹਾਂ। ਬਹੁਤ ਗ੍ਰੀਨ ਗ੍ਰੀਨ ਜਿਹਾ ਏਰੀਆ ਇੱਧਰ ਦੀ, ਜਿੱਦਾਂ ਦੀ ਹੁਣ ਆਏ ਹਾਂ, ਸੋਹਣਾ ਲੱਗਦਾ ਇੱਧਰ ਦੀ। ਇੱਦਾਂ ਦੀ ਮੈਂ ਵੀ ਪਹਿਲੀ ਵਾਰੀ ਆਇਆ ਐਤਕੀ, ਨਹੀਂ ਤਾਂ ਆਪਾਂ ਉੱਧਰ ਦੀ ਕੰਨ ਕਰਦੇ ਜਿੱਦਾਂ ਦੀ ਡੈਮ ਬਣਿਆ ਹੋਇਆ ਆ। ਇਹਦੇ ਹਿਸਾਬ ਨਾਲ ਸ਼ੋਰਟ ਆ ਦੂਸਰੇ ਸਾਈਡ ਦੀ, ਇੱਧਰ ਦੀ ਟ੍ਰੈਫਿਕ ਵੀ ਨਹੀਂ ਹੈਗਾ ਮਾੜਾ ਜੀ, ਤਾਂ ਵੀ ਕੋਈ ਗੱਡੀ ਆਉਂਦੀ ਨਹੀਂ ਤੁਹਾਨੂੰ। ਇੱਥੇ ਸਾਰਾ ਦੇਖੋ ਪਿੰਡ ਦੇਦਾ ਲਓ ਜੀ, ਆਪਾਂ 5 ਕਿਲੋਮੀਟਰ ਤੋਂ ਜ਼ਿਆਦਾ ਘੁੰਮ ਕੇ ਆ ਗਏ ਹਾਂ। ਮੈਪ ਨੇ ਸਾਨੂੰ ਫਿਰ ਦਿੱਤਾ ਧੋਖਾ, ਮੈਪ ਦੀ ਹੋਈ ਜਿੱਤ, ਅਤੇ ਆਪਣਾ ਛੋਟਾ ਜਿਹਾ ਪੁਲ ਫਿਰ ਆਪਾਂ ਕਵਰ ਕਰਕੇ ਉਹੀ ਰੋਡ 'ਤੇ ਜਾਵਾਂਗੇ। ਚਲੋ ਵਧੀਆ, ਜਿੱਧਰ ਦੀ ਵੀ ਐਂ ਵਿਊ ਸੋਹਣੇ ਸੀ, ਉੱਧਰਲੇ 1-2 ਕੈਪਚਰ ਕੀਤੇ ਮੈਂ, ਦੇਖ ਲਿਓ ਤੁਸੀਂ, ਦੇਖ ਲੈ ਹੁਣੇ ਆ। ਹੁਣ ਆਹ ਛੋਟੇ ਜਿਹੇ ਪੁਲ ਰਾਹੀਂ ਆਪਾਂ ਨਿਕਲਾਂਗੇ। ਨਿਕਲ ਜਾਏਗਾ ਭਾਈ, ਨਿਕਲ ਜਾਏਗਾ, ਔਖਾ ਲੱਗਦਾ ਮੈਨੂੰ। ਬੱਲੇ ਬੱਲੇ ਦੇਖਿਆ ਤੁਸੀਂ, ਮਸੀ ਵੱਜੇ, ਉਹਨੂੰ ਹੱਥ ਵੀ ਮਾਰਿਆ, ਰੁਕ ਜਾ ਬਾਈ, ਨਾਲ ਖਹਿੰਦਾ ਹੋਇਆ ਹੈ, ਐਨ ਨਾਲ ਖਹਿ ਗਿਆ ਸੀ ਹੈ ਨਾ, ਬਚਾ ਹੋ ਗਿਆ, ਉਹਨੂੰ ਹੱਥ ਵੀ ਮਾਰਿਆ, ਰੁਕ ਜਾ ਯਾਰ, ਚੱਲ ਕੋਈ ਨਹੀਂ। ਇੱਧਰ ਵੀ ਟਨਲ ਬਣਦੀ ਆ, ਅਤੇ ਆ ਜਿਹੜਾ ਪੈਪ ਜਿਹਾ ਬਾਹਰ ਆਉਂਦਾ, ਇਹ ਮਤਲਬ ਜਿਹੜੇ ਅੰਦਰ ਕੰਮ ਕਰਦੇ ਉਹਨਾਂ ਦੇ ਸਾਹ ਵਾਸਤੇ ਆ, ਇਹ ਵੀ ਤਿਆਰ ਹੋ ਕੇ ਤਾਂ ਸੌਖਾ ਹੋਊਗਾ।
दो बन दी अभी दो वे जाऊगा फिर मतलब कि टू वे दो पिछे देखे दोस्तों टनल आ ना इतों निकल दी इतों अगे नू जानी इधरों एनू अगे जाके निकल दी रोड बन गए नजारे बज जाने पूरे लो जी आप जावे सुरंग अंदर सामने जाता जिबनू रोड लो जी सुरंग चो बहर आ गए तीन क किलोमीटर है सुरंग इतने रुके असि हूँ दस मिनट रुका इतने असं है ना किदा कि ट्रैफिक सेगा लंब निकल गए ब्रेक कदी कुछ कदी कुछ साड़ी अखां दे पै गई मूँह से सारा धो हो गया मिट्टी नाल इत्थे दा व्यू आ पीए कुछ चाह पीनी कॉफी पीनी चाह पीनी कॉफी चाह मिल जाएगी भाई कॉफी और चाय मिल जाएगी या कॉफी या चाय की पीना पहला पानी दे दो और कॉफी कि चाह कॉफी दे दो कप हाँ दो कॉफी एक पानी की बोतल नॉर्मल लेनी है थोड़ी है ना है तो दो कप कॉफी कर देना डिस्पोजर मिट्टी ना बुरी हालत हो गई है तो शरीर भी ठीक है थक हो गया ज़्यादा मतलब ये सफर थक आता उदा बॉडी नहीं ठीक है करके थक हो गया अंकल आ देख पिछले पैप लैके आता हूँ भी इतना रोड के लैके आता जो सप्प हों ना रोंग आ बहुत ज़्यादा कोई स्लिप कर सकता इतने पानी पी लिया बुरी हालत हो गई मेडिसिन भी नहीं खाधी अज कहो कि सवेरे भी परांठे खाते थोड़े मैं क्या कोसा पानी मिल जूगा कितने मिले नहीं फिर उद्धर तुरे गए हूँ मैं खाना मेडिसिन भी ए बाय बाय मॉडल बड़ा पुराना लगता है बाकी हालत इधर के बक्का की गल नहीं थोड़ी जी मिठा थोड़ा तेज है उदा ओके रिपोर्ट वीडियो थोड़ी जी बना ली है इतों भी आप शॉर्ट लाए थोड़े जो चल गए आप सीधे अपने अगले जो 50 किलोमीटर है तो कटिए तो फिर आप मिलेंगे रूम से और तब कह आप बाइक पर मिलेंगे चलो मिलने हम सतेंद्र देख लो फोन चला बैटरी लो हो गई थी